ਕਿਉਂਕਿ ਵੱਲੋਂ ਕੋਰੋਨਾ ਨਾਮ ਦੀ ਖਤਰਨਾਕ ਮਹਾਮਾਰੀ ਦੀ ਰੋਕਥਾਮ ਲਈ ਪੁਲਿਸ ਵਿੱਚ ਆਪਣੀ ਤਨਦੇਹੀ ਨਾਲ ਸੇਵਾ ਨਿਭਾ ਰਹੇ ਵਾਲੰਟੀਅਰਾਂ ਦਾ ਹੌਸਲਾ ਅਫਜ਼ਾਈ ਕਰਨ ਲਈ ਵਿਸ਼ੇਸ਼ ਤੌਰ 'ਤੇ ਪਹੁੰਚੇ ਡਾਕਟਰ ਚਰਨਜੀਤ ਸਿੰਘ। ਚੀਫ ਪੀਪਲ ਫਾਰ ਹਿਊਮਨ ਰਾਈਟਸ ਐਨ ਜੀ ਓ ਨੇ ਟੱਚ ਟੀ ਵੀ ਦੀ ਪੱਤਰਕਾਰ ਸਮਿਊਲ ਗਿੱਲ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਡੀ ਐਨ ਜੀ ਓ ਬੜੇ ਲੰਬੇ ਸਮੇਂ ਤੋਂ ਉਹਨਾਂ ਲੋਕਾਂ ਦੀ ਹੌਸਲਾ ਅਫਜ਼ਾਈ ਅਤੇ ਮਾਣ ਸਤਿਕਾਰ ਕਰਦੀ ਆ ਰਹੀ ਹੈ ਜੋ ਲੋਕ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਂਦੇ ਹਨ, ਭਾਵੇਂ ਉਹ ਪੁਲਿਸ ਦੇ ਮੁਲਾਜ਼ਮ ਹੋਣ, ਚਾਹੇ ਉਹ ਵਲੰਟੀਅਰ ਜਾਂ ਭਾਵੇਂ ਹੋਰ ਕਿਸੇ ਮਹਿਕਮੇ ਦੇ ਕਰਮਚਾਰੀ ਹੋਣ। ਇਸ ਸਮੇਂ ਡਾਕਟਰ ਚਰਨਜੀਤ ਸਿੰਘ ਜੀ ਨੇ ਕਿਹਾ ਕਿ ਉਹ ਅੱਜ ਦੇ ਦਿਨ ਮੁਕਬਲਪੁਰ ਚੌਕੀ ਦੀ ਪੁਲਿਸ ਮੁਲਾਜ਼ਮ ਅਤੇ ਇੱਥੇ ਕੰਮ ਕਰਨ ਵਾਲਿਆਂ ਦਾ ਸਨਮਾਨ ਕਰਨ ਪਹੁੰਚੇ ਹਨ ਜੋ ਪਰਿਵਾਰ ਨੂੰ ਛੱਡ ਕੇ ਇਸ ਸਮੇਂ ਪੂਰੇ ਸੰਸਾਰ ਵਿੱਚ ਆਪਣਾ ਪੈਰ ਪਸਾਰ ਚੁੱਕੀ ਕੋਰੋਨਾ ਜਿਹੀ ਘਾਤਕ ਬਿਮਾਰੀ ਨਾਲ ਲੜ ਰਹੇ ਹਨ ਅਤੇ ਡਿਊਟੀ ਦੌਰਾਨ ਇਸ ਬਿਮਾਰੀ ਤੋਂ ਬਚਣ ਲਈ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ। ਨਾਲੇ ਉਹਨਾਂ ਨੇ ਕਿਹਾ ਕਿ ਇਹਨਾਂ ਵਾਲੰਟੀਅਰਾਂ ਤੋਂ ਸਬਕ ਲੈਂਦੇ ਹੋਏ ਦੂਜੇ ਨੌਜਵਾਨ ਵੀ ਅੱਗੇ ਆਉਣ ਅਤੇ ਅਜਿਹੇ ਸਮੇਂ 'ਤੇ ਆਪਣੀ ਸੇਵਾ ਨਿਭਾ ਕੇ ਆਪਣੇ ਦੇਸ਼ ਅਤੇ ਲੋਕਾਂ ਦੀ ਸੇਵਾ ਕਰਨ, ਕਿਉਂਕਿ ਅਜਿਹੇ ਸੇਵਾ ਭਾਵਨਾਵਾਂ ਦੇ ਨਾਲ ਹੁੰਦੀਆਂ ਹਨ ਅਤੇ ਅੱਜ ਦੇ ਨੌਜਵਾਨ ਆਉਣ ਵਾਲੇ ਸਮੇਂ ਵਿੱਚ ਚੰਗੇ ਸਮਾਜ ਸੇਵਕ ਅਤੇ ਚੰਗੇ ਨੇਤਾ ਬਣ ਕੇ ਅੱਗੇ ਆਉਣਗੇ। ਨਾਲ ਹੀ ਉਹਨਾਂ ਨੇ ਵਾਲੰਟੀਅਰਾਂ ਦੇ ਚੰਗੇ ਭਵਿੱਖ ਦੀ ਕਾਮਨਾ ਕਰਦੇ ਹੋਏ ਆਪਣੀਆਂ ਸਰਕਾਰ ਅੱਗੇ ਸਿਫਾਰਿਸ਼ ਕੀਤੀ ਕਿ ਉਹ ਅਜਿਹੇ ਨੌਜਵਾਨ ਦੀ ਹੌਸਲਾ ਅਫਜ਼ਾਈ ਕਰਨ ਲਈ ਉਹਨਾਂ ਨੂੰ ਸਰਕਾਰ ਵੱਲੋਂ ਬਣਦਾ ਮਾਣ ਸਤਿਕਾਰ ਪ੍ਰਦਾਨ ਕਰਨ ਜੋ ਦਿਨ ਰਾਤ ਆਪਣੀਆਂ ਤਨਦੇਹੀ ਨਾਲ ਸੇਵਾਵਾਂ ਨਿਭਾ ਰਹੇ ਹਨ।